ਰਾਮ ਰਾਮ ਜੀ ਸਤ ਸ੍ਰੀ ਅਕਾਲ ਜੀ ਮੈਂ ਦਲਬੀਰ ਚਿੰਦਾ ਰਤਕ ਤੋਂ ਇਸ ਟਾਈਮ ਜਿਹੜੀ ਜਗ੍ਹਾ ਦੇ ਮਖਲਾਮ ਉਹ ਇਹ ਪਿੰਡ ਰਤਕ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਹੇ ਨੇ ਆਹ ਜਿਹੜੀ ਗਲੀ ਜਾਂਦੀ ਏ ਇਹ ਆਪਣੇ ਪਿੰਡ ਨੂੰ ਕ੍ਰੋਸ ਕਰ ਜਾਂਦੀ ਆਰ ਪਰ ਨਿਕਲ ਜਾਂਦੀ ਏ ਪੱਕੀ ਸੜਕ ਤੇ ਚੜ ਜਾਂਦੀ ਏ ਤੇ ਆਹ ਜਿਹੜੀ ਗਲੀ ਏ ਇਹ ਬਾਰੋ-ਬਾਰ ਆਪਣੀ ਜਿਹੜੀ ਰਤਕ ਦੀ ਫਿਰਨੀ ਤੇ ਆ ਜਿਹੜੀ ਗਲੀ ਲੱਗੀ ਹੁੰਦੀ ਹੈ ਨਾ ਆ ਸੜਕ ਇਹ ਉਹ ਉਹ ਸਾਹਮਣੇ ਆਪਣਾ ਪੱਕੀ ਸੜਕ ਜਿਹੜੀ ਚੌਕ ਹੁੰਦਾ ਉੱਥੇ ਅੱਗੇ ਇੱਕ ਇੱਕ ਪਰ ਸਿੱਧਰ ਸੜਕ ਨੂੰ ਇਧਰੋਂ ਸੰਦ ਵੱਲੋਂ ਫਿਰ ਅੱਗੇ ਪਲਾਣਾ ਨਿਕਲ ਜਾਂਦੀ ਆ ਸਾਡੇ ਪਿੰਡ ਨੂੰ ਵੱਟ ਜਾਂਦੀ ਏ ਹੁਣ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਵਿਖਾਣਾ ਵਾਂ ਏ ਆ ਵੇਖੋ ਤੁਸੀਂ ਬਾਹਲ ਮਿੱਕੀ ਚਵਾੜ ਸੜਕ ਵੇਖੋ ਤੁਹਾਨੂੰ ਮਜ਼ਬੂਤੀ ਦੀ ਸਰਪੰਚ ਨੇ ਆਤ ਕਰਾਈ ਥੀ ਵੀ ਕਿਆ ਬਾਤ ਏ ਪਿਛਲੇ 9-10 ਮਹੀਨਿਆਂ ਦੇ ਵਿੱਚ ਵਿੱਚ ਨਾ ਇੰਨਾ ਕਿਸੇ 5 ਸਾਲ ਦੇ ਵਿੱਚ ਕੰਮ ਨਹੀਂ ਸੀ ਕੀਤਾ ਜਿੰਨਾ ਸਰਪੰਚ ਵਰਿੰਦਰ ਸਿੰਘ ਨੇ ਕੀਤਾ ਆ ਵੇਖੋ ਥੱਲੇੋਂ ਵੇਖੋ ਫਿਰ ਵੇਖ ਜਿੰਨੀਆਂ ਵੀ ਗਲੀਆਂ ਬਣਨ ਗਿਆ ਨਾ ਉਹਨੀਆਂ ਤੇ ਆ ਵੇਖੋ ਕੀ ਕੀ ਚੀਜ਼ਾਂ ਲਿਖਿਆਣ ਤੁਸੀਂ ਪੜ ਸਕਦੇ ਹੋ ਹਾਂ ਆ ਵੇ ਥੱਲੇ ਕੀ ਲਿਖਿਆ ਗ੍ਰਾਮ ਪੰਚਾਇਤ ਰਤਕ ਸਰਦਾਰ ਵਰਿੰਦਰ ਸਿੰਘ ਸਰਪੰਚ ਆ ਸੋਸ਼ਲ ਹਲਿਆ ਬਣਿਆ ਗਿਆ ਉੱਤੇ ਵੇਖੋ ਹੈ ਕੋ ਕਮੀ ਤੇ ਇਧਰ ਵੇਖੋ ਬੇਟੀ ਬਚਾਓ ਤੇ ਬੇਟੀ ਪੜਾਓ ਗ੍ਰਾਮ ਪੰਚਾਇਤ ਰੱਤਕ ਸਰਪੰਚ ਇੱਥੇ ਵੇਖੋ ਹਰ ਦੀਵਾਰ ਦੇ ਉੱਤੇ ਇਹ ਵੇਖੋ ਹੁਣ ਮੈਂ ਤੁਹਾਨੂੰ ਫਰੰਟ ਦੀਆਂ ਤਸਵੀਰਾਂ ਵਿਖਾਉਣਾ ਵਾਂ ਏ ਉਹ ਵੇਖੋ ਉੱਤੇ ਵੇਖੋ ਬਾਲਮਿਕੀ ਚੌਪਾਲ ਰੱਤ ਤੱਕ ਬਸ ਇੱਥੇ ਨਾ ਗੇਟ ਰਹਿ ਗਿਆ ਗੇਟ ਕੱਲ ਪਰਸੋ ਲੱਗ ਜਾਏਗਾ ਗੇਟ ਤਿਆਰ ਪਿਆ ਤਿਆਰ ਪਰ ਤਿਆਰ ਤੇ ਆਹ ਵੇਖੋ ਬੱਲੇ ਬੱਲੇ ਕਰਾਈ ਹੁੰਦਾ ਸਰਪੰਚ ਸਾਹਿਬ ਹੁਣ ਮੈਂ ਤੁਹਾਨੂੰ ਅੱਗੇ ਵਿਖਾਣਾ ਜਿੱਥੇ ਛੇੜਾ ਇਹ ਸੜਕ ਜਿਹੜੀ ਅੱਗੇ ਦੀ ਆ ਵੇਖੋ रूलर फेर के पक्की मजबूती फ्रंट शेर भी पढ़ लिया करो की की लिखया उख जो अब तक वो कहानी हूं मैं मुझे बर्बाद मत करो वो पानी हूं मैं वाह सांसे हो रही हैं कम आओ पेड़ लगाए हम ग्राम सरपंच वरिन्द्र सिंह का हां ਸੜਕ ਦੇ ਸਾਹਮਣੇ ਤੇ ਮੈਂ ਤੁਹਾਨੂੰ ਉੱਥੇ ਤੱਕ ਵਿਖਾ ਦੇਂਗਾ ਬਾਕੀ ਪਰਲੀ ਮੈਂ ਤੁਹਾਨੂੰ ਇੱਕ ਦਿਨ ਸੜਕ ਵਿਖਾ ਦਿੱਤੀ ਇੱਕ ਨਾ ਆਪਣਾ ਡਮਰੀ ਪਿੰਡ ਇੱਥੇ ਕੀ ਨਾਂ ਦਾ ਕਰਨਾਲ ਦੇ ਕੋਲ ਆਪਾਂ ਆਉਂਨੇ ਨਾ ਕਰਨਾਲ ਤੋਂ ਇੱਕ ਤਾਂ ਸਿੱਧੀ ਕੱਥਰ ਉਹ ਨਿਕਲ ਜਾਂਦੀ ਏ ਨਿਸੰਗ ਨੂੰ ਸੜਕ ਤੇ ਇੱਕ ਸਾਢੇ ਨੋਂਦੀ ਤੇ ਪਿੱਛੇ ਪਿੰਡ ਇੱਕ ਡਮਰੀ ਡਮਰੀ ਪਿੰਡ ਦੇ ਵਿੱਚ ਨਾ ਇੱਕ ਸਰਪੰਚ ਉਹ ਤਿੰਨ ਪਲਾਂ ਸਰਪੰਚ ਲਗਾਤਾਰ ਬਣਦਾ ਰਿਹਾ ਉਹ ਜਿਵੇਂ ਦਾ ਕੰਮ ਉਹਨੇ ਕੀਤਾ ਹੈ ਨਾ ਉਹ ਸੇਮ ਟੂ ਸੇਮ ਸਰਪੰਚ ਸਾਡਾ ਮੇਜਰ ਸਿੰਘ ਕਰਦਾ ਪਿਆ ਉਹਨੇ ਵੀ ਗਲੀ ਗਲੀ ਦੇ ਵਿੱਚ ਪੱਕੀਆਂ ਮਜ਼ਬੂਤ ਆਪਣੀਆਂ ਕੀ ਉਹਨਾਂ ਮੰਨਦੇ ਨੇ ਸੜਕਾਂ ਤੇ ਮਜ਼ਬੂਤ ਗਲੀਆਂ ਤੇ ਨਾਲ ਉਹਨੇ ਲਾਟੂ ਡੈਕੋਰੇਸ਼ਨ ਤੇ ਹਰ ਕੰਧ ਦੇ ਉੱਤੇ ਬੜੀ ਬੜੀ ਵਧੀਆ ਚੀਜ਼ ਉਹਨੇ ਬਣਾ ਦਿੱਤੀ ਸੀ ਜਉਂਦੇ ਰੋਂਦੇ ਰੋ ਮਾਲਕਚੜ ਦੀ ਗੱਲ ਐ ਰੱਖੇ ਤੁਹਾਨੂੰ ਵੀਰੋ ਆਹ ਵੇਖੋ ਇਹ ਉਹ ਥਰੀ ਮੇਰੀ ਵੀਡੀਓ ਨਾ ਦੱਬ ਕੇ ਸ਼ੇਅਰ ਕਰ ਦਿਆ ਕਰੋ ਮੇਰੀ ਵੀਡੀਓ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੱਕ ਹਰ ਥਾਂ ਤੇ ਜਾਂਦੇ ਨੇ ਜਿਹੜੇ ਸਾਡੇ ਯੁਵਾ ਬੱਚੇ ਗਏ ਨੇ ਮਾਲਕਚੜ ਦੀ ਗੱਲ ਚ ਉਹਨਾਂ ਰੱਖੇ ਦੇਸ਼ਾਂ ਵਿਦੇਸ਼ਾਂ ਵਿਚਾਰੇ ਪੈਸਾ ਕਮਾਣ ਗਏ ਨੇ ਉਹ ਵੀ ਵੜੇ ਆਂਦੇ ਨਾਂਦੇ ਨੇ ਚਾਚਾ ਇੱਕ ਗੱਲ ਆਪਾਂ ਰੋਜ਼ ਪਿੰਡ ਦੇ ਦਰਸ਼ਨ ਤੇ ਕਰ ਲੈਨੇ ਆਣਾ ਬੱਸ ਕਿ ਮੈਂ ਨਹੀਂ ਆਂਦਾ ਕਿ ਮੇਰਾ ਚੈਨਲ ਚੱਲੇ ਤੇ ਮੈਨੂੰ ਪੈਸੇ ਮਿਲਣ। ਬਾਕੀ ਇੰਨਾ ਵੀ ਮੇਰੀ ਵੀਡੀਓ ਹਰ ਬੰਦੇ ਕੋਲ ਪਹੁੰਚਣੀ ਚਾਹੀਦੀ ਏ। ਤੇ ਚੈਨਲ ਤੇ ਰਾਈ ਜੁੜੋ ਹੋਰ ਵੀ ਉਹ ਗੁਰਦੁਆਰਾ ਸਾਹਿਬ ਏ। ਉਹ ਗੁਰਦੁਆਰਾ ਸਾਹਿਬ ਏ। ਆ ਪਿੰਡ ਚ ਗਲੀ ਜਾਂਦੀ ਏ। ਤੇ ਆ ਇਧਰ ਹੁੰਦੀ ਏ। ਹਾਂ? ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ। ਹੋਰ ਵੀ ਤੁਹਾਨੂੰ ਨਵੀਆਂ ਤੇ ਨਵੀਆਂ ਜੂਮ ਕਰਕੇ ਤੁਹਾਨੂੰ ਵਿਖਾਣੇ ਆ ਵੇਖੋ ਵੇਖ ਮਜਬੂਤੀ ਓਹ ਕਿਆ ਬਾਤ ਹੈ ਹੋਏ ਮੇਜਰ ਸਿੰਘ ਹੱਥ ਕਰਾ ਖੜੀ ਆ ਹੋਰ ਕਿਸੇ ਪਿੰਡਾਂ ਦੇ ਵਿੱਚ ਵਿਖਾਓ ਪੂਰੇ ਹਰਿਆਣੇ 'ਚ ਕਈ ਨਾ ਵਿਕਾਸ ਇੰਨੇ ਥੋੜੇ ਜਿਹਾ ਟਾਈਮ ਦੇ ਵਿੱਚ ਕਿਸੇ ਕੀਤਾ ਹੈ ਕਿ ਜਿੰਨਾ ਸਾਡੇ ਰਥਕ ਦੇ ਵਿੱਚ ਹੋਇਆ ਹੈ ਮੇਰੀ ਵੀ ਹਰਤ ਕਮ ਸੇ ਕਮ 5-6 ਪਿੰਡਾਂ ਦੇ ਵਿੱਚ ਫੀਲਡ 'ਚ ਜਾਣਾ ਮੈਂ ਕਿਸਾਨ ਯੂਨੀਅਨ ਦਾ ਵਰਕਰ 'ਚ ਤੇ ਮੈਂ ਇੰਨਾ ਵਿਕਾਸ ਵੇਖਿਆ ਵੀ ਜਿੰਨਾ ਸਾਡੇ ਪਿੰਡ ਦੇ ਵਿੱਚ ਹੋ ਰਿਹਾ ਹੈ ਕਿਆ ਬਾਤ ਹੈ ਜਾਨ ਵੈਰੀ ਗੁੱਡ ਸਲੂਟ ਹੈ ਵੀ ਮੇਜਰ ਸਰਪੰਚ ਨੂੰ ਉਹਨਾਂ ਦਾ ਬੇਟਾ ਸਰਪੰਚ ਵਰਿੰਦਰ ਸਿੰਘ ਓਕੇ ਜੀ ਲਓ ਜੀ ਬਾਰ-ਬਾਰ ਨਾ ਮੈਨੂੰ ਕਹਿਣਾ ਪਏ ਕਰੇ ਤੇ ਤੁਸੀਂ ਨਾ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਆ ਕਰੋ ਲੱਗਦਾ ਤੁਹਾਡਾ ਕੋਸ਼ਿਸ਼ ਵੀ ਨਹੀਂ ਜੇ ਤੱਕ ਕੁਝ ਲੱਗਦਾ ਭਰਾਵੋ ਮਦਦ ਹਾਰ ਮੈਂ ਦਲਵੀਰ ਰੱਤਕ ਤੋਂ ਓਕੇ ਜੀ